लगता जी अज मैच कौन जीतूगा इंडिया मैच जीतेगी जी। अज ਤੇ ਕਿਵੇਂ ਦਾ ਮਾਹੌਲ ਹੈਗਾ ਵਾ, ਕਿਵੇਂ ਬਹੁਤ ਅੱਜ ਵਧੀਆ ਜੀ, ਦੇਖੋਗੇ ਮੈਚ? ਬਹੁਤ ਵਧੀਆ ਮਾਹੌਲ ਜੀ, ਬਸ ਇੱਕੋ ਹੀ ਤੋਂ ਬਾਅਦ ਮੈਚ ਹੀ ਦੇਖਣਾ ਜੀ ਅੱਜ। ਤੇ ਕੌਣ ਜਿੱਤੂਗਾ? ਇੰਡੀਆ ਜਿੱਤੇਗੀ ਜੀ, ਇੰਡੀਆ ਜਿੱਤੂਗੀ ਜੀ। ਕਿਵੇਂ ਦਾ ਮਾਹੌਲ ਹੈ ਫਿਰੋਜ਼ਪੁਰ ਦੇ ਵਿੱਚ ਜੇ ਗੱਲ ਕਰੀਏ ਤਾਂ? ਬਹੁਤ ਵਧੀਆ ਮਾਹੌਲ ਹੈ ਜੀ, ਇੰਡੀਆ ਜਿੱਤੂਗੀ ਜਿੱਤੂਗੀ ਬਸ। ਦੇਖੋ ਜੀ, ਇੰਡੀਆ ਵਾਸਤੇ ਬੜਾ, ਪੂਰੇ ਇੰਡੀਆ ਵਾਸਤੇ, ਯੂਥ ਵਾਸਤੇ ਬਹੁਤ ਵੱਡਾ ਦਿਨ ਹੈ। ਇੰਡੀਆ ਸੈਮੀਫਾਈਨਲ ਖੇਡ ਰਿਹਾ ਨਿਊਜ਼ੀਲੈਂਡ ਦੇ ਨਾਲ, ਤੇ ਬੜੀ ਅੱਛੀ ਟੀਮ ਹੈ ਆਪਣੀ, ਤੇ ਹੋਪਫੁਲੀ ਆਪਾਂ ਮੈਚ ਜਿੱਤਾਂਗੇ ਤੇ ਵਰਲਡ ਕੱਪ ਫਾਈਨਲ ਵੀ ਜਿੱਤਾਂਗੇ। ਅੱਜ ਦਾ ਮੌਸਮ ਵੀ ਉੱਥੇ ਖਰਾਬ ਦੱਸਿਆ ਗਿਆ ਸੀ, ਪਰ ਕਿਵੇਂ ਤੁਹਾਨੂੰ ਕੀ ਲੱਗਦਾ? ਦੇਖੋ ਜੀ, ਇਹ ਜਿਹੜਾ ਮੌਸਮ ਹੈ ਕਿਸੇ ਇਨਸਾਨ ਦੇ ਹੱਥ 'ਚ ਨਹੀਂ, ਅਤੇ ਜੇ ਇਹ ਮੈਚ ਪੂਰਾ ਹੁੰਦਾ ਤਾਂ ਇੰਡੀਆ ਵਨ ਸਾਈਡਡਲੀ ਮੈਚ ਜਿੱਤੇਗਾ, ਵਰਲਡ ਕੱਪ ਜਿੱਤੂ ਇੰਡੀਆ। ਬਿਲਕੁਲ ਜਿੱਤੇਗਾ ਜੀ। ਦੇਖੋ, ਇੰਡੀਆ ਦੇ ਵਿੱਚ ਜਿੰਨੀ ਆਬਾਦੀ, 130 ਕਰੋੜ ਦੀ ਆਬਾਦੀ ਹੈ, ਉਹ 'ਚ 100 ਕਰੋੜ ਬੰਦਾ ਕ੍ਰਿਕਟ ਖੇਡਦਾ, ਅਤੇ ਹਰ ਇੱਕ ਬੰਦਾ ਇਸ ਖੇਡ ਦੇ ਨਾਲ ਜੁੜਿਆ ਹੋਇਆ, ਅਤੇ ਹਰ ਕੋਈ ਬੰਦਾ ਜਿਹੜਾ ਇੰਡੀਅਨ ਹੈ ਉਹ ਕਹਿੰਦਾ ਵੀ ਇਹ ਵਿਦੇਸ਼ਾਂ 'ਚ ਬੈਠੇ ਜਿਹੜੇ ਇੰਡੀਅਨ ਨੇ, ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਹਾਂ, ਜਿਹੜੇ ਇੰਗਲੈਂਡ 'ਚ ਬੈਠ ਕੇ ਆਪਣੇ ਦੇਸ਼ ਦੀ ਸਪੋਰਟ ਕਰ ਰਹੇ, ਅਸੀਂ ਉਹਨਾਂ ਨੂੰ ਬਹੁਤ ਤਹਿ ਦਿਲਾਂ ਨਾਲ ਉਹਨਾਂ ਨੂੰ ਸਲੂਟ ਕਰਦੇ ਹਾਂ ਵੀ ਜਿਹੜੇ ਉੱਥੇ ਵੀ ਆਪਣੇ ਭਾਰਤ ਦਾ ਪਰਚਮ ਉਹ ਲਹਿਰਾ। ਕਿੰਨਾ ਉਤਸ਼ਾਹ ਹੈਗਾ ਵਾ ਅੱਜ ਦੇ ਮੈਚ? ਦੇਖੋ ਜੀ, ਬਹੁਤ ਉਤਸ਼ਾਹ ਹੈ, ਅਤੇ ਅੱਜ ਮੇਰੇ ਨਾਲ ਮੇਰੇ ਦੋਸਤ ਨੇ ਇਹ ਵੀ ਕਹਿ ਰਹੇ ਆ ਵੀ ਅਸੀਂ ਅੱਜ ਆਪਣੇ ਕੰਮਾਂ ਤੋਂ, ਰੁਝੇਵਿਆਂ ਤੋਂ ਅਸੀਂ ਔਫ ਲੈ ਕੇ ਅਤੇ ਅੱਜ ਅਸੀਂ ਮੈਚ ਦੇਖਣਾ, ਅਤੇ ਸਾਰੇ ਦੇ ਸਾਰੇ ਅੱਜ ਬੜਾ ਬਹੁਤ 4 ਸਾਲਾਂ ਬਾਅਦ ਟੂਰਨਾਮੈਂਟ ਆਉਂਦਾ, ਵਰਲਡ ਕੱਪ ਹੈ, ਬਹੁਤ ਵੱਡਾ ਮੈਚ ਹੁੰਦਾ, ਅਤੇ ਇਸ ਕਰਕੇ ਅਸੀਂ ਅੱਜ ਇਸ ਮੈਚ ਵਾਸਤੇ ਹੀ ਟਾਈਮ ਕੱਢਾਂਗੇ।